પરમ સન્માન્યો ગુરુરૂ ગુરુ ખાલસા સાહ સંગતજી વાહે ગુરુજી કા ખાલસા વાહે ગુરુજી કી ફતે બિયારી સાહ સંગતજી આજ ਆપા લુધિયાણા وچ ਪਿੰਡ ਈਆਲੀ ਕਲਾਂ ਪਹੁੰਚੇ ਹੋਏ હા ਜਿੱਥੇ એક ਇਤਿਹਾਸિક ਗੁਰਦੁਆਰਾ ਸ਼ਿਸ਼ੋਬੇਤ ਹੈ ਜਿਹੜਾ ਬਾਬਾ ਸੱਜਣ ਸਿੰਘ ਜੀ ਦੇ ਨਾਮ ਤੇ ਹੈ આવો ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲਈਏ ਸਾਹ ਸੰਗਤ ਜੀ ਇਹ ਸਥਾਨ ਬਾਬਾ ਸੱਜਣ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ 6ਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿੰਡ ਈਆਲੀ ਕਲਾਂ ਗੁਰਦੁਆਰਾ ਥੜਾ ਸਾਹਿਬ ਦੇ ਸਥਾਨ ਤੇ ਆ ਕੇ ਬਿਰਾਜੇ ਸਨ ਤਾਂ ਉਹਨਾਂ ਨੇ ਆਪਣੇ ਘੋੜੇ ਭਾਈ ਗੁਲਬਾਗ ਸਿੰਘ ਤੇ ਭਾਈ ਦਿਲਬਾਗ ਸਿੰਘ ਇੱਕ ਪਿੱਪਲ ਨਾਲ ਬੰਨ੍ਹ ਦਿੱਤੇ ਸਨ ਤੇ ਸੰਗਤਾਂ ਨਾਲ ਬਚਨ ਕੀਤੇ ਤੇ ਪੁੱਛਿਆ ਕਿ ਕੋਈ ਐਸਾ ਸਿੱਖ ਹੈ ਜੋ ਤੰਬਾਕੂ ਦਾ ਸੇਵਨ ਨਾ ਕਰਦਾ ਹੋਵੇ ਸੰਗਤਾਂ ਨੇ ਦੱਸਿਆ ਕਿ ਇੱਕ ਬਾਬਾ ਸੱਜਣ ਹੈ ਜੋ ਤੰਬਾਕੂ ਦਾ ਸੇਵਨ ਨਹੀਂ ਕਰਦਾ ਮਹਾਰਾਜ ਜੀ ਨੇ ਬਾਬੇ ਸੱਜਣ ਨੂੰ ਬੁਲਾਇਆ ਤੇ ਪੁੱਛਿਆ ਸਿੱਖਾ ਤੂੰ ਤੰਬਾਕੂ ਦਾ ਸੇਵਨ ਤਾਂ ਨਹੀਂ ਕਰਦਾ ਬਾਬੇ ਸੱਜਣ ਨੇ ਕਿਹਾ ਨਹੀਂ ਮਹਾਰਾਜ ਮੈਂ ਤੰਬਾਕੂ ਦਾ ਸੇਵਨ ਨਹੀਂ ਕਰਦਾ ਜਦੋਂ ਮਹਾਰਾਜ ਜੀ ਨੇ ਬਾਬੇ ਸੱਜਣ ਦੇ ਬਚਨ ਸੁਣੇ ਤਾਂ ਮਹਾਰਾਜ ਨੇ ਉਹਨਾਂ ਕੋਲੋਂ ਲੰਗਰ ਤਿਆਰ ਕਰਵਾਇਆ ਤੇ ਉਹਨਾਂ ਦੁਆਰਾ ਤਿਆਰ ਕੀਤਾ ਹੋਇਆ ਲੰਗਰ ਛਕਿਆ ਮਹਾਰਾਜ ਜੀ ਨੇ ਬਾਬੇ ਸੱਜਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਆਉਣ ਵਾਸਤੇ ਬਚਨ ਕੀਤੇ ਉਸ ਦਿਨ ਤੋਂ ਬਾਬਾ ਸੱਜਣ ਦੇਸੀ ਘਉ ਲੈ ਕੇ ਜਾਣ ਲੱਗ ਪਿਆ ਤੇ 6ਵੇਂ ਪਾਸ਼ਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪੱਕੇ ਸੇਵਕ ਬਣ ਗਏ ਇੱਕ ਵਾਰ ਦੀ ਗੱਲ ਹੈ ਕਿ ਸੰਗਰਾਂ ਦਾ ਦਿਹਾੜਾ ਸੀ ਬਾਬਾ ਜੀ ਘੋੜਾ ਲੈ ਕੇ ਜਾਣ ਤੋਂ ਲੇਟ ਹੋ ਗਏ ਜਦੋਂ ਸਿੱਖਾ ਨੇ ਮਹਾਰਾਜ ਕੋਲ ਗੱਲ ਕੀਤੀ ਕਿ ਅੱਜ ਬਾਬਾ ਸੱਜਣ ਘੋੜਾ ਲੈ ਕੇ ਨਹੀਂ ਆਏ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਕੁਝ ਛਿਰ ਉਡੀਕ ਕਰਨ ਲਈ ਕਿਹਾ ਕੁਝ ਛਿਰ ਪਿੱਛੋਂ ਜਦੋਂ ਬਾਬਾ ਜੀ ਪਹੁੰਚੇ ਤਾਂ ਸੰਗਤਾਂ ਖੁਸ਼ ਹੋ ਗਈਆਂ ਬਾਬੇ ਸੱਜਣ ਨੇ ਘੋੜਾ ਲੰਗਰ ਵੇਜ ਦਿੱਤਾ ਤੇ ਪ੍ਰਸ਼ਾਦ ਛਕਣ ਤੋਂ ਬਾਅਦ ਮਹਾਰਾਜ ਜੀ ਦੇ ਪਾਸ ਗਏ ਮਹਾਰਾਜ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਸੀ ਤੁਸੀਂ ਲੇਟ ਕਿਉਂ ਹੋ ਗਏ ਬਾਬਾ ਜੀ ਕਹਿਣ ਲੱਗੇ ਕਿ ਮਹਾਰਾਜ ਆਪਣੀ ਜ਼ਮੀਨ ਵਿੱਚ ਇੱਕ ਖੂਬ ਪੁੱਟਣ ਲੱਗੇ ਸੀ ਪਰ ਸ਼ਰੀਕਾ ਨੇ ਪੁੱਟਣ ਨਹੀਂ ਦਿੱਤਾ ਇਸ ਕਾਰਨ ਲੇਟ ਹੋ ਗਿਆ ਮਹਾਰਾਜ ਜੀ ਕਹਿਣ ਲੱਗੇ ਕਿ ਬਾਬਾ ਜੀ ਜੇਕਰ ਤੁਹਾਡੇ ਸ਼ਰੀਕ ਨਾ ਹੋਣ ਫਿਰ ਤਾਂ ਬਾਬਾ ਜੀ ਨੇ ਕਿਹਾ ਮਹਾਰਾਜ ਜੀ ਜੇ ਸ਼ਰੀਕ ਨਾ ਹੋਣ ਕਮਾ ਕਿਸ ਨਾਲ ਵਰਤਾਂਗਾ ਸ਼ਰੀਕ ਜ਼ਰੂਰ ਹੋਣੇ ਚਾਹੀਦੇ ਹਨ ਅੱਗੋਂ ਮਹਾਰਾਜ ਜੀ ਨੇ ਬਚਨ ਕੀਤੇ ਕਿ ਸ਼ਰੀਕ ਤੇਰੇ ਜ਼ਰੂਰ ਹੋਣਗੇ ਪਰ ਜਿੰਨੇ ਹੁਣ ਹਨ ਇੰਨੇ ਹੀ ਰਹਿਣਗੇ ਗੁਰੂ ਜੀ ਨੇ ਕਿਹਾ ਇੱਕ ਹੋ ਨਹੀਂ ਸਰ ਹੋਵੇਗਾ ਜੋ ਇਨਸਾਨ ਤੇਰੇ ਸਰ ਤੇ ਮੁਰਾਦ ਮੰਗੇਗਾ ਉਹ ਪੂਰੀ ਹੋਏਗੀ ਉਸਦੇ ਦੁੱਖ ਦਿਲਦਰ ਦੂਰ ਹੋਣਗੇ ਤੇ ਪਰਿਵਾਰ ਵਿੱਚ ਵਾਧਾ ਹੋਏਗਾ ਸਾਹ ਸੰਗਤ ਜੀ ਜਦੋਂ ਬਾਬਾ ਸੱਜਣ ਸਿੰਘ ਕੀਰਤਪੁਰ ਸਾਹਿਬ ਜਲ ਵਿੱਚ ਇਸ਼ਨਾਨ ਕਰਨ ਲੱਗੇ ਤਾਂ ਉਹਨਾਂ ਦਾ ਲੋਟਾ ਤੇ ਛੜੀ ਉੱਥੇ ਗੁੰਮ ਹੋ ਗਈ ਬਾਬਾ ਸੱਜਣ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰਾ ਲੋਟਾ ਤੇ ਛੜੀ ਇੱਥੇ ਗੁੰਮ ਹੋ ਚੁੱਕੀ ਹੈ ਹੁਣ ਮੈਂ ਕੀ ਕਰਾਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਭਾਈ ਸੱਜਣ ਤੂੰ ਆਪਣੇ ਖੂਹ ਵਿੱਚੋਂ ਜਾ ਕੇ ਇਹ ਲੋਟਾ ਤੇ ਛੜੀ ਕੱਢ ਲੈਵੀਂ ਸੋ ਬਾਬਾ ਸੱਜਣ ਸਿੰਘ ਜੀ ਨੇ ਗੁਰੂ ਜੀ ਦਾ ਬਚਨ ਸਤ ਕਰਕੇ ਮੰਨ ਲਿਆ ਤੇ ਵਾਪਸ ਹਉਣ ਦੀ ਤਿਆਰੀ ਕੀਤੀ। ਇਹ ਵਾਰ ਲੈ ਕੇ ਜਦੋਂ ਬਾਬਾ ਸੱਜਣ ਜੀ ਪਿੰਡ ਆਏ ਤਾਂ ਉਹਨਾਂ ਨੇ ਕੀ ਦੇਖਿਆ ਕਿ ਜਿਹੜਾ ਲੋਟਾ ਤੇ ਛੜੀ ਕੀਰਤਪੁਰ ਸਾਹਿਬ ਪਾਣੀ ਵਿੱਚ ਗੁੰਮ ਹੋ ਗਈ ਸੀ ਉਹ ਉਹਨਾਂ ਨੇ ਇਸ ਖੂਹ ਦੇ ਵਿੱਚ ਦੇਖੀ ਤੇ ਨਾਲੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਾਬਾ ਜੀ ਖੂਹ ਤਾਂ ਰਾਤੋਂ ਰਾਤ ਹੀ ਲੱਗ ਚੁੱਕਾ ਹੈ। ਖੂਹ ਵਿੱਚ ਇਟਾਂ ਵਿੰਗੀਆਂ ਟੇਡੀਆਂ ਲੱਗੀਆਂ ਹੋਈਆਂ ਹਨ ਜਦੋਂ ਬਾਬਾ ਜੀ ਨੇ ਆ ਕੇ ਦੇਖਿਆ ਤਾਂ ਉਹ ਬਹੁਤ ਖੁਸ਼ ਹੋਏ ਸੋ ਹੁਣ ਇਸ ਸਥਾਨ ਤੇ ਬਾਬਾ ਜੀ ਦੇ ਨਾਂ ਤੇ ਚੇਤਵਦੀ ਚੁੰਦੇ ਨੂੰ ਹਰ ਸਾਲ ਮੇਲਾ ਲੱਗਦਾ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ ਕਵੀਸ਼ਰੀ ਤੇ ਰਾਗੀ ਜਥੇ ਹਮ ਹੁਮਾ ਕੇ ਪਹੁੰਚਦੇ ਹਨ ਗੁਰੂ ਦਾ ਲੰਗਰ ਅਤੁੱਟ ਚਲਾਇਆ ਜਾਂਦਾ ਹੈ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਇਸ ਪਾਵਨ ਸਥਾਨ ਤੇ ਕਾਰ ਸੇਵਾ ਕਰਵਾ ਰਹੇ ਹਨ ਸੋ ਆਓ ਬੜੇ ਪ੍ਰੇਮ ਨਾਲ ਇਸ ਪਾਵਨ ਸਥਾਨ ਦੇ ਦਰਸ਼ਨ ਕਰਿਏ ਗੁਰਦੁਆਰੇ ਗੁਰਮਤ ਗਿਆਨ ਦਾ ਕੇਂਦਰ ਹਨ ਮਨੁੱਖ ਨੂੰ ਕੁਦਰਤ ਨੇ ਪੰਜ ਗਿਆਨ ਇੰਦਰੀ ਦਿੱਤੇ ਹਨ ਇਹਨਾਂ ਗਿਆਨ ਇੰਦਰੀਆਂ ਨੂੰ ਸੁਖ ਸ਼ਾਂਤੀ ਤੇ ਗਿਆਨ ਪ੍ਰਾਪਤੀ ਗੁਰਦੁਆਰੇ ਜਾਣ ਨਾਲ ਪ੍ਰਾਪਤ ਹੁੰਦੀ ਹੈ ਗੁਰੂ ਅਸਥਾਨਾਂ ਤੇ ਜਾ ਕੇ ਸਭ ਤੋਂ ਪਹਿਲਾਂ ਨੇਤਰਾਂ ਦੀ ਤ੍ਰਿਪਤੀ ਹੁੰਦੀ ਹੈ ਗੁਰੂ ਅਸਥਾਨਾਂ ਵਿੱਚ ਦਸਾਂ ਪਾਸ਼ਾਈਆਂ ਦੇ ਜੁਗੋ ਜੁਗ ਅਟਲ ਸਰੂਪ ਤਾਨ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਹੁੰਦੇ ਹਨ ਧਰਮ ਵਿਸ਼ਵਾਸ ਵਾਲਿਆਂ ਨੂੰ ਦੇਖਦਿਆਂ ਹੀ ਸ਼ਾਂਤੀ ਮਿਲਦੀ ਹੈ ਸ਼ਰਧਾ ਅਤੇ ਪ੍ਰੇਮ ਦਾ ਜਜ਼ਬਾ ਦੇਖਦਿਆਂ ਸ਼ਰੀਰ ਦੇ ਰੋਮ ਰੋਮ ਵਿੱਚ ਉੱਭਰ ਪੈਂਦਾ ਹੈ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਦੂਸਰਾ ਲਾਭ ਕੰਨ ਰਾਸ ਦੇ ਸਰੋਤ ਹੈ ਇਸ ਗਿਆਨ ਇੰਦ੍ਰੇ ਕੰਨਾਂ ਨੂੰ ਗੁਰਬਾਣੀ ਦਾ ਪਾਠ ਸੁਣਨ ਸਮਝਣ ਤੇ ਗੁਰਮਤ ਵਿਚਾਰਧਾਰਾ ਨੂੰ ਸੁਣ ਕੇ ਗ੍ਰਹਿਣ ਕਰਨ ਦਾ ਅਫਸਰ ਮਿਲਦਾ ਹੈ ਗੁਰੂ ਧਾਮਾਂ ਵਿੱਚ ਕੀਰਤਨ ਦੀ ਪਰੰਪਰਾ ਇਸ ਸਰੋਤ ਰਸ ਨੂੰ ਕੰਨਾਂ ਰਾਹੀਂ ਮਨ ਦੀਆਂ ਡੂੰਘਾਣਾ ਤੱਕ ਪਹੁੰਚਾਉਂਦਾ ਹੈ ਆਮ ਮਨੁੱਖੀ ਮਨ ਭਟਕਣਾ ਵਿੱਚ ਰਹਿੰਦਾ ਹੈ ਸੋਚਾਂ ਫਿਕਰਾਂ ਤੇ ਰੁਝੇਵਿਆਂ ਦੇ ਚੱਕਰ ਵਿੱਚ ਅਸ਼ਾਂਤ ਹੁੰਦਾ ਹੈ ਇੱਕ ਮਨ ਇਕਜਿਤ ਹੋ ਕੇ ਕੀਰਤਨ ਸੁਣਨ ਨਾਲ ਜਿੱਥੇ ਆਤਮਾ ਨੂੰ ਖੁਰਾਕ ਮਿਲਦੀ ਹੈ ਉਥੇ ਮਨ ਨੂੰ ਇਕਾਗਰਤਾ ਤੇ ਸ਼ਾਂਤੀ ਪ੍ਰਦਾਨ ਹੁੰਦੀ ਹੈ ਨਾਮ ਸਿਮਰਨ ਵਿੱਚ ਜੁੜਿਆਂ ਆਤਮਿਕ ਬਲ ਮਿਲਦਾ ਹੈ ਤੇ ਮਨੁੱਖ ਅਧਿਆਤਮ ਮੰਡਲ ਦੀਆਂ ਓਡਾਰੀਆਂ ਲਾਉਣ ਲੱਗ ਪੈਂਦਾ ਹੈ ਸਤਿਗੁਰੂ ਜੀ ਦੇ ਚਰਨ ਛੋਹ ਨਾਲ ਉਹ ਧਰਤੀ ਸੁਹਾਵਣੀ ਹੋ ਜਾਂਦੀ ਹੈ ਜਿੱਥੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਪੈਂਦੇ ਹਨ ਜਿੱਥੇ ਜਿੱਥੇ ਸਤਿਗੁਰੂ ਜੀ ਦੇ ਚਰਨ ਪਏ ਜੰਗਲ ਵਿੱਚ ਮੰਗਲ ਲੱਗ ਗਏ ਉਜਾੜ ਵਿੱਚ ਰੌਣਕਾਂ ਹੋਣ ਲੱਗ ਪਈਆਂ ਤੇ ਜਿੱਥੇ ਕੋਹਾਂ ਤੱਕ ਕੋਈ ਮਨੁੱਖ ਨਹੀਂ ਸੀ ਦਿਸਦਾ ਉਥੇ ਗੁਰੂ ਸਹਬਾਨ ਦੀ ਕਿਰਪਾ ਨਾਲ ਨਗਰ ਤੇ ਸ਼ਹਿਰ ਆਬਾਦ ਹੋ ਗਏ ਜਿਨ੍ਹਾਂ ਪਹਾੜਾਂ ਤੇ ਰੇਤਲੇ ਥਲਾਂ ਵਿੱਚ ਕਾ ਨਹੀਂ ਸੀ ਉਗਦਾ ਉਥੇ ਬਾਗ ਬਗੀਚੇ ਤੇ ਫਸਲਾਂ ਦੀ ਹਰਿਆਵਲ ਆ ਗਈ ਪੰਜਵੇਂ ਪਾਤਸ਼ਾਹ ਦਾ ਬਚਨ ਹੈ ਗੁਰਦੁਆਰਾ ਹਰ ਕੀਰਤਨ ਸੁਣੀਐ ਸਤਗੁਰ ਭੇਟ ਹਰ ਜਸ ਮੁਖ ਭਣੀਐ ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ ਚਾਹੀਦੀ ਹੈ ਹਰੀ ਦਾ ਜਸ ਮੂੰਹੋਂ ਉਜਾਰਨਾ ਚਾਹੀਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਸਦਾ ਇਹ ਉਦਮ ਕਰਦਾ ਹੈ ਹੋਈਆ ਭੁੱਲਾ ਝੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ